ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਾਰ ਬੱਜਰ ਕੁਰਹਿਤਾਂ ਕਿਹੜੀਆਂ ਹਨ? ਕੇਸਾਂ ਦੀ ਬੇਅਦਬੀ, ਕੁੱਠਾ ਖਾਣਾ, ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਭੋਗਣਾ, ਤੰਬਾਕੂ ਦਾ ਵਰਤਣਾ। ਪੰਜ ਕਕਾਰ ਕਿਹੜੇ ਹਨ? ਕੇਸ, ਕੰਘਾ, ਕੜਾ, ਕਿਰਪਾਨ, ਕਛਹਿਰਾ। ਅੰਮ੍ਰਿਤਸਰ ਦੇ ਪੰਜ ਸਰੋਵਰਾਂ ਦੇ ਨਾਮ ਦੱਸੋ। ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਸੰਤੋਖਸਰ ਸਾਹਿਬ, ਸ਼੍ਰੀ ਰਾਮਸਰ ਸਾਹਿਬ, ਸ਼੍ਰੀ ਬਿਬੇਕਸਰ ਸਾਹਿਬ, ਸ਼੍ਰੀ ਕੌਲਸਰ ਸਾਹਿਬ। ਖਾਲਸੇ ਦੇ ਚਾਰ ਰੰਗ ਕਿਹੜੇ ਹਨ? ਨੀਲਾ, ਕਾਲਾ, ਚਿੱਟਾ, ਖੱਟਾ। ਸਿੱਖਾਂ ਦੇ ਚਾਰ ਧਾਮ ਕਿਹੜੇ ਹਨ? ਸ਼੍ਰੀ ਨਨਕਾਣਾ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ, ਸ਼੍ਰੀ ਤਰਨ ਤਾਰਨ ਸਾਹਿਬ, ਸ਼੍ਰੀ ਮੁਕਤਸਰ ਸਾਹਿਬ। ਰਾਤ ਨੂੰ ਸੌਣ ਵੇਲੇ ਕਿਹੜੀ ਬਾਣੀ ਦਾ ਜਾਪ ਕੀਤਾ ਜਾਂਦਾ ਹੈ? ਸ਼੍ਰੀ ਸੋਹਲਾ ਸਾਹਿਬ। ਗੁਰਸਿੱਖੀ ਵਿੱਚ ਪੰਜ ਸੰਸਕਾਰ ਕਿਹੜੇ ਹਨ? ਜਨਮ ਸੰਸਕਾਰ, ਵਿਦਿਆ ਸੰਸਕਾਰ, ਅੰਮ੍ਰਿਤ ਸੰਸਕਾਰ, ਆਨੰਦ ਸੰਸਕਾਰ, ਅੰਤਿਮ ਸੰਸਕਾਰ। 10 ਸ਼ਸਤਰਾਂ ਦੇ ਨਾਮ ਲਿਖੋ। ਕਿਰਪਾਨ, ਤੀਰ, ਖੰਡਾ, ਖੰਜਰ, ਬਰਸ਼ੀ, ਨੇਜਾ, ਚੱਕਰ, ਕਟਾਰ, ਨਾਗਣੀ, ਸੈਫ, ਸਰੋਹੀ, ਪੇਚਕਵਜ ਜਾਂ ਮਦਾੜ, ਤੇਗਾ, ਬਿਛੂਆ, ਭਾਲਾ, ਢਾਲ। ਅਰਦਾਸ ਵਿੱਚ ਸਿੱਖਾਂ ਲਈ ਕਿੰਨੇ ਦਾਨ ਮੰਗੇ ਹਨ? 7 ਦਾਨ। ਸਿੱਖੀ ਜੈਕਾਰਾ ਕੀ ਹੈ? ਬੋਲੇ ਸੋ ਨਿਹਾਲ, ਸਤ ਸ਼੍ਰੀ ਅਕਾਲ। ਸਿੰਘ ਸ਼ਬਦ ਦਾ ਅਸਲੀ ਅਤੇ ਸ਼ਾਬਦਿਕ ਮਤਲਬ ਕੀ ਹੈ? ਸ਼ੇਰ। ਕੌਰ ਸ਼ਬਦ ਦਾ ਅਸਲੀ ਅਤੇ ਸ਼ਾਬਦਿਕ ਮਤਲਬ ਕੀ ਹੈ? ਯੁਵਰਾਣੀ ਭਾਵ ਰਾਜਕੁਮਾਰੀ। ਪੰਜਾਂ ਪਿਆਰਿਆਂ ਵਿੱਚੋਂ ਚਮਕੌਰ ਦੀ ਜੰਗ ਵਿੱਚ ਕਿੰਨੇ ਪਿਆਰੇ ਸ਼ਹੀਦ ਹੋਏ ਸਨ? ਭਾਈ ਹਿੰਮਤ ਸਿੰਘ, ਭਾਈ ਮੁਹਕਮ ਸਿੰਘ, ਭਾਈ ਸਾਹਿਬ ਸਿੰਘ। ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਉਹ ਕਿਹੜੇ 3 ਸਿਧਾਂਤ ਦਿੱਤੇ ਜਿਨ੍ਹਾਂ 'ਤੇ ਸਿੱਖੀ ਟਿਕੀ ਹੈ? ਨਾਮ ਜਪੋ, ਕਿਰਤ ਕਰੋ, ਵੰਡ ਛਕੋ। ਪੰਗਤ ਤੋਂ ਕੀ ਭਾਵ ਹੈ? ਊਚ ਨੀਚ, ਅਮੀਰ ਗਰੀਬ ਅਤੇ ਜਾਤ ਪਾਤ ਦੇ ਮਤਭੇਦਾਂ ਤੋਂ ਉੱਪਰ ਉੱਠ ਕੇ ਬਰਾਬਰ ਇਕੱਠੇ ਬੈਠ ਕੇ ਲੰਗਰ ਛਕਣ ਨੂੰ ਪੰਗਤ ਕਿਹਾ ਜਾਂਦਾ ਹੈ। ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਕੀ ਨਾਮ ਸੀ? ਬੇਬੇ ਨਾਨਕੀ ਜੀ। ਸਿੱਖ ਵਿਆਹ ਪ੍ਰੋਗਰਾਮ ਨੂੰ ਕੀ ਕਿਹਾ ਜਾਂਦਾ ਹੈ? ਆਨੰਦ ਕਾਰਜ। ਗੁਰੂ ਗ੍ਰੰਥ ਸਾਹਿਬ ਵਿੱਚ ਸਿਰਲੇਖਾਂ ਹੇਠ ਆਈਆਂ
ਵਿੱਚੋਂ ਕੋਈ ਸੱਤ ਬਾਣੀਆਂ ਦੇ ਨਾਮ ਦੱਸੋ। ਸਿੱਧ ਗੋਸ਼ਟ 12ਵਾਂ ਜਪ ਜੀ ਸਾਹਿਬ, ਆਨੰਦ ਸਾਹਿਬ, ਸੁਖਮਨੀ ਸਾਹਿਬ, ਰਾਮ ਕਲੀ ਸੱਦ, ਅਲਾਹਣੀਆਂ। ਪੰਜ ਪ੍ਰਕਾਰ ਦੀ ਸਿੱਖੀ ਕਿਹੜੀ ਹੈ? ਧੰਦੇ ਦੀ, ਦੇਖਾ ਦੇਖੀ ਦੀ, ਹਿਰਸ ਦੀ, ਸਿਦਕ ਦੀ, ਭਾਉ ਦੀ। 20ਵੀਂ ਸਦੀ ਦੇ ਮਹਾਨ ਯੋਧੇ ਦਾ ਨਾਮ ਕੀ ਸੀ? ਸੰਤ ਗਿਆਨੀ ਜਰਨੈਲ ਸਿੰਘ ਜੀ, ਖਾਲਸਾ ਭਿੰਡਰਾਂ ਵਾਲੇ। ਇੱਕ ਸਿੱਖ ਦੇ ਵਿਆਹ ਵਿੱਚ ਕਿੰਨੇ ਲਾਵਾਂ ਫੇਰੇ ਹੁੰਦੇ ਹਨ? 4 ਰਾਤ ਨੂੰ ਸੌਣ ਵੇਲੇ ਕਿਹੜੀ ਬਾਣੀ ਦਾ ਜਾਪ ਕੀਤਾ ਜਾਂਦਾ ਹੈ? ਸ਼੍ਰੀ ਸੋਹਲਾ ਸਾਹਿਬ। ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਦਾ ਕੀ ਭਾਵ ਹੈ? 5 ਚੀਜ਼ਾਂ ਤੋਂ ਦੇਸੀ ਘਿਓ, ਆਟਾ, ਖੰਡ, ਪਾਣੀ, ਅੱਗ ਭਾਵ ਤੋਂ ਤਿਆਰ ਹੋਏ ਪ੍ਰਸ਼ਾਦ ਨੂੰ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਕਹਿੰਦੇ ਹਨ। ਕੁੜੀ ਮਾਰ ਤੇ ਨੜੀ ਮਾਰ ਦਾ ਕੀ ਅਰਥ ਹੈ? ਕੁੜੀ ਮਾਰ ਭਾਵ ਕੁੜੀਆਂ ਨੂੰ ਮਾਰਨ ਵਾਲੇ, ਨੜੀ ਮਾਰ ਤੰਬਾਕੂ ਖਾਣ ਵਾਲੇ। ਪਰਕਰਮਾ ਕਿਉਂ ਕੀਤੀਆਂ ਜਾਂਦੀਆਂ ਹਨ? ਪਰਕਰਮਾ ਦਾ ਭਾਵ ਕਿ ਆਪਣੇ ਆਪ ਨੂੰ ਗੁਰੂ ਨੂੰ ਸਮਰਪਿਤ ਕਰ ਦੇਣਾ। ਸਿੱਖ ਪੰਥ ਵਿੱਚ ਪੀਰ ਕਿਸ ਨੂੰ ਕਿਹਾ ਜਾਂਦਾ ਹੈ? ਗੁਰੂ ਦੇ ਸ਼ਸਤਰਾਂ ਨੂੰ। ਗੁਰੂ ਨਾਨਕ ਸਾਹਿਬ ਜੀ ਦੇ ਸਭ ਤੋਂ ਪਹਿਲਾਂ ਕਿਸ ਨੇ ਦਰਸ਼ਨ ਕੀਤੇ? ਦੌਲਤਾ ਦਾਈ। ਗੁਰੂ ਨਾਨਕ ਸਾਹਿਬ ਨੂੰ ਜਨੇਊ ਪਾਉਣ ਲਈ ਯਤਨ ਕਰਨ ਵਾਲੇ ਪੰਡਿਤ ਦਾ ਨਾਮ ਦੱਸੋ। ਪੰਡਿਤ ਹਰਦਿਆਲ ਜੀ। ਘਰ ਵਿਹਾਰ ਕਰਨ ਵਾਸਤੇ ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਨੇ ਕਿੰਨੇ ਪੈਸੇ ਦਿੱਤੇ? 20 ਰੁਪਏ। ਚੀਨ ਦੇ ਉਸ ਸ਼ਹਿਰ ਦਾ ਨਾਮ ਦੱਸੋ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਸਨ ਅਤੇ ਉਹਨਾਂ ਦੀ ਯਾਦ ਵਿੱਚ ਰੱਖਿਆ ਗਿਆ ਸੀ। ਨਾਨਕਿੰਗ। ਗੁਰਮੁਖੀ ਅੱਖਰ ਕਿਸ ਗੁਰੂ ਨੇ ਤੇ ਕਦੋਂ ਬਣਾਏ? ਸ਼੍ਰੀ ਗੁਰੂ ਅੰਗਦ ਦੇਵ ਜੀ ਸਨ 1541। ਗੁਰੂ ਅੰਗਦ ਦੇਵ ਜੀ ਨੇ ਕਿਸ ਸਥਾਨ ਉੱਤੇ ਸਨ ਜਦੋਂ ਗੁਰੂ ਅਮਰਦਾਸ ਜੀ ਉਹਨਾਂ ਦੀ ਸੇਵਾ ਕਰਦੇ ਸਨ? ਸ਼੍ਰੀ ਖਡੂਰ ਸਾਹਿਬ। ਸ਼੍ਰੀ ਗੁਰੂ ਅਮਰਦਾਸ ਜੀ ਨੇ ਕਿਹੜਾ ਨਗਰ ਵਸਾਇਆ? ਸ਼੍ਰੀ ਗੋਇੰਦਵਾਲ ਸਾਹਿਬ। ਕਿੰਨੇ ਸਾਲ ਤੱਕ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਦੀ ਸੇਵਾ ਕਰਦੇ ਰਹੇ? 12 ਸਾਲ। ਗੁਰੂ ਰਾਮਦਾਸ ਜੀ ਨੇ ਕਿਹੜਾ ਨਗਰ ਵਸਾਇਆ ਅਤੇ ਕਦੋਂ ਵਸਾਇਆ? ਸ਼੍ਰੀ ਅੰਮ੍ਰਿਤਸਰ ਸਾਹਿਬ 1569 ਈਸਵੀ ਵਿੱਚ। ਗੁਰੂ ਰਾਮਦਾਸ ਜੀ
ਬਚਪਨ ਵਿੱਚ ਘਰ ਦੇ ਗੁਜ਼ਾਰੇ ਲਈ ਕੀ ਕਰਦੇ ਸਨ? ਘੁੰਗਣੀਆਂ ਵੇਚਦੇ ਸਨ, ਭਾਵ ਉਬਲੇ ਹੋਏ ਛੋਲੇ। ਗੁਰੂ ਅਰਜਨ ਦੇਵ ਜੀ ਨੇ ਕੋਹੜੀਆਂ ਲਈ ਸਥਾਨ ਕਿੱਥੇ ਬਣਵਾਇਆ? ਤਰਨ ਤਾਰਨ ਸਾਹਿਬ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿਸ ਸਥਾਨ ਉੱਤੇ ਨਜ਼ਰਬੰਦ ਕੀਤਾ ਗਿਆ ਸੀ? ਗਵਾਲੀਅਰ ਦੇ ਕਿਲੇ ਵਿੱਚ। ਗਵਾਲੀਅਰ ਦੇ ਕਿਲੇ ਦਾ ਦਰੋਗਾ ਕੌਣ ਸੀ? ਹਰਦਾਸ। 52 ਕਲੀਆਂ ਵਾਲਾ ਚੌਲਾ ਕਿੱਥੇ ਸੋਭਨੀਕ ਹੈ? ਗੁਰਦੁਆਰਾ ਸਾਹਿਬ ਉਡਾਣੀ ਕਲਾਂ, ਪਾਇਲ, ਜ਼ਿਲ੍ਹਾ ਲੁਧਿਆਣਾ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰ ਦੀ ਜੰਗ ਕਿਸ ਘੋੜੇ ਉੱਤੇ ਸਵਾਰ ਹੋ ਕੇ ਲੜੀ? ਸੋਹੇਲੇ ਘੋੜੇ ਉੱਤੇ। ਸੋਹੇਲੇ ਘੋੜੇ ਨੂੰ ਕਰਤਾਰਪੁਰ ਦੀ ਜੰਗ ਵਿੱਚ ਕਿੰਨੀਆਂ ਗੋਲੀਆਂ ਲੱਗੀਆਂ ਸਨ? ਲਗਭਗ 600 ਗੋਲੀਆਂ। ਸੋਹੇਲੇ ਘੋੜੇ ਦੇ ਸੰਸਕਾਰ ਦੇ ਸਮੇਂ ਉਸਦੇ ਸਰੀਰ ਵਿੱਚੋਂ ਕਿੰਨਾ ਲੋਹਾ ਨਿਕਲਿਆ? 125 ਕਿਲੋ। ਮੀਰੀ ਪੀਰੀ ਕੀ ਹੈ? ਦੋ ਤਲਵਾਰਾਂ। 7ਵੇਂ ਪਾਤਸ਼ਾਹ ਜੀ ਦੇ ਸਪੁੱਤਰਾਂ ਦੇ ਨਾਮ ਕੀ ਸਨ? ਸ਼੍ਰੀ ਰਾਮ ਰਾਏ ਜੀ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ। ਗੁਰੂ ਹਰ ਰਾਏ ਸਾਹਿਬ ਜੀ ਕੋਲ ਕਿੰਨੇ ਘੋੜ ਸਵਾਰ ਸਨ? 2200।